ਫਿਲੋਰ ਇੱਕ ਢਾਬੇ ਤੇ ਦੋ ਡਰਾਈਵਰਾਂ ਦੇ ਵਿਚਕਾਰ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ। ਗਾਲੀ ਗਲੋਚ ਤੋਂ ਗੱਲ ਇੰਨੀ ਵੱਧ ਗਈ ਕਿ ਇੱਕ ਦੂਜੇ ਨਾਲ ਹੱਥੋਪਾਈ ਹੋ ਗਏ ਤਾਂ ਇੱਕ ਡਰਾਈਵਰ ਦਾ ਫਟ ਗਿਆ। ਇਹ ਮਾਮਲਾ ਫਿਲੋਰ ਦੇ ਨਜ਼ਦੀਕ ਪੈਂਦੀ ਦਵਾਈਆਂ ਵਾਲੀ ਫੈਕਟਰੀ ਦੇ ਕੋਲ ਤਾਉ ਦੇ ਢਾਬੇ ਤੇ ਦੇਖਣ ਨੂੰ ਮਿਲਿਆ ਤੇ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ SSF ਦੀ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਢਾਬੇ ਤੇ ਦੋ ਵਿਅਕਤੀ ਆਪਸ ਵਿੱਚ ਲੜ ਪਏ ਹਨ ਤੇ ਉਹਨਾਂ ਵਿੱਚੋਂ ਇੱਕ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਅਸੀਂ ਫਿਲੋਰ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆਏ ਹਾਂ ਜਿੱਥੇ ਉਸਦਾ ਜੇਰੇ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਨੇ ਦੱਸਿਆ ਕਿ ਦੂਜੇ ਨੂੰ ਸਾਡੇ ਵੱਲੋਂ ਰਾਊਂਡ ਆਪ ਕਰ ਲਿਆ ਗਿਆ ਹੈ। ਸਰ, ਜਿਹੜਾ ਤੁਸੀਂ ਇੱਕ ਪੇਸ਼ੈਂਟ ਲੈ ਕੇ ਆਏ ਹੋਏ ਹੋ, ਉਹ ਰੋਡ ਐਕਸੀਡੈਂਟ ਹੈ ਜਾਂ ਕੀ ਹੈਗਾ ਸਰ ਆਪਣਾ? ਨਹੀਂ ਜੀ, ਇਹ ਡਰਾਈਵਰ ਆਪਸ ਵਿੱਚ ਹੀ ਲੜ ਰਿਹਾ। ਅੱਛਾ ਜੀ, ਢਾਬੇ ਦੀ ਚਾਹ ਕੋਈ ਪੀਂਦੀ ਸੀਗਾ ਤੇ ਕਿਸੇ ਗੱਲ ਤੋਂ ਉਹਨਾਂ ਦਾ ਝਗੜਾ ਹੋਇਆ, ਸ਼ੀਸ਼ਾ ਟੁੱਟ ਗਿਆ ਕੋਈ ਇੱਕ ਦੂਜੇ ਦਾ। ਓਕੇ, ਉਹਨਾਂ ਨੇ ਦੂਜੀ ਗੱਡੀ ਵਾਲਿਆਂ ਨੇ ਤੇ ਮਾਰਿਆ ਕੋਈ ਸਰ ਦੇ ਵਿੱਚ। ਓਕੇ, ਸਾਨੂੰ ਫੋਨ ਆਇਆ। ਓਕੇ, ਇਹਦੇ ਸੱਟ ਜ਼ਿਆਦਾ ਹੋਣ ਕਰਕੇ ਅਸੀਂ ਇਹਨੂੰ ਲੈ ਆਇਆ, ਦੂਸਰਾ ਬੰਦਾ ਕੋਈ ਰਾਊਂਡ ਅਪ ਕੀਤਾ ਹੋਇਆ। ਰਾਊਂਡ ਅਪ ਕੀਤਾ ਕਿਹੜੇ ਢਾਬੇ ਦੀ ਗੱਲ ਭਾਜੀ? ਇਹ ਤਾਊ ਢਾਬਾ ਬੰਦ, ਤਾਊ ਦਾ ਢਾਬਾ। ਹਾਂਜੀ, ਇਹ ਕਿੱਥੇ ਰਹਿਣ ਵਾਲਾ ਬੰਦਾ? ਇਹ ਪਤਾ ਨਹੀਂ, ਅਜੇ ਤਾਂ ਲੈ ਕੇ ਆਏ, ਜਦੋਂ ਸਾਨੂੰ ਫੋਨ ਆਇਆ ਤਾਂ ਅਸੀਂ ਇਹਨੂੰ ਫਟਾਫਟ ਹਸਪੀਟਲ ਲੈ ਆਏ, ਸਿਰ ਦੇ ਵਿੱਚ ਸੱਟ ਮਾਰਤੀ ਉਹਨਾਂ ਨੇ। ਓਕੇ, ਤੇ ਬਾਕੀ ਹੁਣ ਦੱਸਾਂਗੇ। ਓਕੇ।